ਹਾਂਜੀ ਜੀ ਆਇਆਂ ਨੂੰ ਜੀ ਅੱਜ ਇੱਕ ਤੁਹਾਡੇ ਨਾਲ ਖਬਰ ਸਾਂਝੀ ਕਰਨ ਲੱਗੇ ਆਂ ਜਿਹੜੀ ਸਾਡੇ ਸਾਹਮਣੇ ਆਈ ਆ ਉੱਚ ਪੱਧਰੀ ਕਮੇਟੀ ਬਣਾਈ ਗਈ ਹੈ ਜਿਹੜੀ ਇਮਤਿਹਾਨਾਂ ਨੂੰ ਲੈ ਕੇ ਤੇ ਉਹਨੇ ਜੋ ਸਵਾਲ ਕੀਤਾ ਪ੍ਰੀਖਿਆਵਾਂ ਸੰਬੰਧੀ ਤੇ ਉਹਦਾ ਫੈਸਲਾ ਕਦ ਹੋਣਾਗਾ ਇਹ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਧਿਆਨ ਨਾਲ ਸਮਝਿਓ ਤੇ ਇਹ ਸਾਰੀਆਂ ਇਹ ਇਮਤਿਹਾਨਾਂ ਤੇ ਲਾਗੂ ਹੋ ਸਕਦੀ ਆ ਗੱਲ ਅਸਲ 'ਚ ਇਹ ਮੰਤਰਾਲੇ ਨੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਜਿਹੜੀ ਪੂਰੀ ਸਥਿਤੀ ਦੀ ਸਮੀਖਿਆ ਕਰਨ ਲਈ ਵੀਰਵਾਰ ਨੂੰ ਐਨ ਟੀ ਏ ਨੈਸ਼ਨਲ ਟੈਸਟਿੰਗ ਏਜੰਸੀ ਨੇ ਜਿਹੜੇ ਡਾਇਰੈਕਟਰ ਨੇ ਜਨਰਲ ਦੀ ਅਗਵਾਈ ਦੇ ਵਿੱਚ ਇੱਕ ਉੱਚ ਪੱਧਰੀ ਕਮੇਟੀ ਗਠਿਤ ਕੀਤੀ ਹੈ ਤੇ ਜਿਸ ਨੂੰ ਕਿ ਸ਼ੁੱਕਰਵਾਰ ਤੱਕ ਪੂਰੇ ਮਾਮਲੇ ਤੇ ਰਿਪੋਰਟ ਦੇਣ ਲਈ ਕਿਹਾ ਗਿਆ ਇਹ ਫੈਸਲਾ ਜਲਦ ਆਉਣ ਵਾਲਾ ਤੇ ਮੰਨਿਆ ਜਾ ਰਿਹਾ ਹੈ ਕਿ ਇਸ ਰਿਪੋਰਟ ਦੇ ਆਉਣ ਤੋਂ ਬਾਅਦ ਮੰਤਰਾਲੇ ਨੂੰ ਇਹਨਾਂ ਪ੍ਰੀਖਿਆਵਾਂ ਨੂੰ ਲੈ ਕੇ ਸ਼ੁੱਕਰਵਾਰ ਨੂੰ ਫੈਸਲਾ ਕੀਤਾ ਜਾ ਸਕਦਾ ਹੈ ਤੇ ਮੰਤਰਾਲੇ ਨੇ ਕਦ ਮਾਪਿਆਂ ਤੇ ਵਿਦਿਆਰਥੀਆਂ ਵੱਲੋਂ ਪ੍ਰੀਖਿਆਵਾਂ ਨੂੰ ਰੱਦ ਕਰਨ ਲਈ ਉਠ ਰਹੀ ਮੰਗ ਨੂੰ ਦੇਖਦੇ ਹੋਏ ਚੁੱਕਿਆ ਹੈ ਵੈਸੇ ਵੀ ਲਗਭਗ ਜੇ ਇੱਕ ਹਫਤੇ ਦੀ ਗੱਲ ਕਰੀਏ ਪ੍ਰੀਖਿਆਵਾਂ ਨੂੰ ਰੱਦ ਕਰਨ ਦੀ ਮੰਗ ਦਾ ਮਾਮਲਾ ਸੋਸ਼ਲ ਮੀਡੀਆ ਤੇ ਕਾਫੀ ਭਖਿਆ ਹੋਇਆ ਹੈ ਇਹ ਚੀਜ਼ ਨੂੰ ਲੈ ਕੇ ਮੰਤਰਾਲੇ ਤੇ ਭਾਰੀ ਦਬਾਅ ਸੀਗਾ ਤੇ ਇਹੀ ਕਾਰਨ ਤੇ ਕਮੇਟੀ ਗਠਿਤ ਕੀਤੀ ਗਈ ਤੇ ਉਸ ਕਮੇਟੀ ਤੋਂ ਸਵਾਲ ਇਹ ਕੀਤਾ ਗਿਆ ਕਿ ਇਹੋ ਜੇ ਹਾਲਾਤਾਂ ਚ ਮੌਜੂਦਾ ਹਾਲਾਤਾਂ 15 ਜੁਲਾਈ ਤੋਂ ਬਾਅਦ ਜਿਹੜੇ ਕਿ ਪਹਿਲਾਂ ਗੱਲ JEE Mains ਤੇ NEET ਦੀਆਂ ਪ੍ਰੀਖਿਆਵਾਂ ਦੀ ਗੱਲ ਹੋ ਰਹੀ ਹੈ ਦੀ ਐਨਟੀਆ ਦੇ ਨਾਲ ਜਿਹੜੀ ਕਮੇਟੀ ਦੀ ਗੱਲ ਕੀਤੀ ਹੈ ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਤਾਂ ਮਤਲਬ ਲਈਆਂ ਜਾ ਸਕਦੀਆਂ ਨੇ ਜਾਂ ਨਹੀਂ ਪਰ ਇਹ ਜਿਹੋ ਜਿਹੇ ਹਾਲਾਤ ਨੇ ਉਹਨਾਂ ਨੂੰ ਦੇਖਦੇ ਹੋਏ ਫਿਲਹਾਲ ਮੰਤਰਾਲੇ ਨਾਲ ਜੁੜੇ ਹੋ ਸੂਤਰਾਂ ਦੀ ਮੰਨੀਏ ਤਾਂ ਮੌਜੂਦਾ ਸਥਿਤੀ ਦੇ ਵਿੱਚ ਪ੍ਰੀਖਿਆਵਾਂ ਬਿਲਕੁਲ ਵੀ ਸੰਭਵ ਨਹੀਂ ਚਾਹੇ ਸਕੂਲ ਪੱਧਰਾ ਕਾਲਜ ਤੇ ਯੂਨੀਵਰਸਿਟੀ ਸਾਰਿਆਂ ਲਈ ਗੱਲ ਹੈ ਇਹ ਸਾਰੀਆਂ ਹੀ ਯੂਨੀਵਰਸਿਟੀਆਂ ਲਈ ਹੈ ਅਜਿਹੇ ਚ ਇਹਨਾਂ ਦੀਆਂ ਤਰੀਕਾਂ ਅੱਗੇ ਵਧਾਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ ਵਿਦਿਆਰਥੀ ਦੀ ਸੁਰੱਖਿਆ ਨੂੰ ਦੇਖਦੇ ਹੋਏ ਜਿੱਥੋਂ ਤੱਕ ਚਾਹੇ ਸੰਸਥਾ ਮੰਨੇ ਚਾਹੇ ਮਾਪੇ ਨੇ ਕੋਈ ਵੀ ਐਡਾ ਵੱਡਾ ਜਿਹੜਾ ਖਤਰਾ ਮੰਨ ਨਹੀਂ ਲੈ ਸਕਦਾ ਤੇ ਇਸ ਚੀਜ਼ ਦਾ ਫੈਸਲਾ ਬਹੁਤ ਜਲਦ ਲਿਆ ਜਾਵੇਗਾ ਚਾਹੇ ਸਕੂਲ ਪੱਧਰ ਦੀਆਂ ਪ੍ਰੀਖਿਆਵਾਂ ਹੋਣ ਕਾਲਜ ਯੂਨੀਵਰਸਿਟੀ ਤੱਕ ਦੀਆਂ ਪ੍ਰੀਖਿਆਵਾਂ ਜੇ ਈ ਈ ਮੈਨਜ ਦੀ ਗੱਲ ਕਰੀਏ ਨੀਟ ਦੀ ਗੱਲ ਕਰੀਏ ਆਪਣੇ ਨੈਟ ਦੀ ਗੱਲ ਕਰੀਏ ਸਾਰੀਆਂ ਪ੍ਰੀਖਿਆਵਾਂ ਨੂੰ ਹੀ ਆਪਾਂ ਦੇਖਾਂਗੇ ਧਿਆਨ ਚ ਰੱਖਦੇ ਹੋਏ ਕਿਉਂਕਿ ਪ੍ਰੀਖਿਆ ਕੋਈ ਵੀ ਹੋ ਸਕਦੀ ਹੈ ਇਸ ਤਰ੍ਹਾਂ ਦੀ ਕੋਈ ਹੋਰ ਖਬਰਸਾਰ ਹੋਈ ਜਾਂ ਪਾਉ ਵੀ ਬਹੁਤ ਜਲਦ ਅਪਡੇਟ ਲੈ ਕੇ ਤੁਹਾਨੂੰ ਮਿਲਾਂਗੇ ਇਹ ਵੀਡੀਓ ਵੱਧ ਤੋਂ ਵੱਧ ਆਪਣੇ ਸਾਂਝ ਜ਼ਰੂਰ ਕਰਿਓਗੇ ਵੱਧ ਵੱਧ ਸਾਰੇ ਲੋੜਵੰਦ ਵਿਦਿਆਰਥੀਆਂ ਤੱਕ ਚੈਨਲ ਨਾਲ ਜੁੜੇ ਰਹੋ ਜਿਨ੍ਹਾਂ ਨੇ ਤਿਆਰੀ ਕਰਨੀ ਆ ਹੱਸਦੇ ਵਾਸਤੇ ਰਹੋ ਖਸਰੋ